देखो क्या भी बता रहे हैं। कठुआ थाने वाले ने भूरी सिंह उन्हीं के बच्चे को फाड़ लिया। भूरी सिंह कौन है? भूरी सिंह एएसआई। अच्छा एएसआई। ते वो पैसे की मांग कर रहे थे, साडे कोल इन्ने पैसे नहीं थे। किन्ने पैसे डिमांड की थी? 3.5 लाख की की थी। अच्छा। उदों बाद च 1,20,000 ਤੇ ਆ ਕੇ ਇਹਨਾਂ ਦੀ ਬ੍ਰੇਕ ਲੱਗ ਗਈ। ਸਾਡੇ ਕੋਲ ਨਹੀਂ ਰੇਂਜ ਹੋ ਰਿਹਾ ਲੋਕਡਾਊਨ ਕਰਕੇ, ਕੋਈ ਗੱਡੀਆਂ ਨੂੰ ਏਡੀ ਕਮਾਈ ਹੈ ਨਹੀਂ। ਔਰ ਜਿਹਨੂੰ ਗੱਡੀ ਰੈਂਟ ਦਿੱਤੀ ਸੀਗੀ ਉਹ ਗੱਡੀ ਛੱਡ ਕੇ ਭੱਜ ਗਿਆ, ਉਹਨੇ ਮਨਾ ਕਰਤਾ ਗੱਡੀ ਛਡਾਉਣ ਤੋਂ। ਫਿਰ ਮੈਂ ਇੱਥੇ ਆ ਕੇ ਵਰਿੰਦਰ ਸਿੰਘ ਬਲੌਰੀਆ ਸਾਹਿਬ ਨਾਲ ਗੱਲ ਕੀਤੀ, ਮੇਰੀ ਕੋਈ ਜਾਣ ਪਛਾਣ ਨਹੀਂ ਸੀ। ਅਚਾਨਕ ਐਡਵੋਕੇਟ ਮੈਨੂੰ ਉੱਥੇ ਕੋਰਟ 'ਚ ਮਿਲ ਗਿਆ, ਉਹਨਾਂ ਨਾਲ ਗੱਲਬਾਤ ਕੀਤੀ, ਕਹਿੰਦੇ ਵੀ 10,000 ਰੁਪਇਆ ਲੱਗੇਗਾ ਤੇ ਗੱਡੀ ਰਿਲੀਜ਼ ਹੋ ਜਾਊਗੀ। ਇਹਨੇ ਜੇ ਗੱਡੀ ਰਿਲੀਜ਼ ਕਰਾਉਣ ਲਈ ਕੋਰਟ 'ਚ ਰੈਟ ਕੀਤੀ ਤਾਂ ਉਹ ਪੇਪਰ ਉੱਥੋਂ ਡਾਕੂਮੈਂਟ ਇੱਥੇ ਥਾਣੇ 'ਚ ਆਏ ਤੇ ਭੂਰੀ ਸਿੰਘ ਉਹਨਾਂ ਨੇ ਫਿਰ ਬਲੌਰੀਆ ਸਰ ਤੋਂ ਵੀ ਪੈਸਿਆਂ ਦੀ ਡਿਮਾਂਡ ਕੀਤੀ ਤੇ ਪੰਜਾਬ ਨੰਬਰ ਗੱਡੀ ਤੇ ਤੁਸੀਂ ਰਿਲੀਜ਼ ਕਰਾ ਰਹੇ ਹਾਂ। ਇਹਨੇ ਮੈਨੂੰ ਧਮਕਾ ਰਿਹਾ ਸੀ ਵੀ ਤੇਰੀ ਗੱਡੀ ਦਾ ਨੰਬਰ ਚੇਂਜ ਕੀਤਾ ਹੋਇਆ ਸੀ, ਨੰਬਰ ਪਲੇਟ ਹਜੇ ਵੀ ਇਹਨਾਂ ਦੇ ਆਫਿਸ ਵਿੱਚ ਪਈ ਆ, ਮੇਰੀ ਗੱਡੀ ਦੀ PB08DS3632 ਨੰਬਰ ਆ, ਜੋ ਮੇਰੇ ਬੰਪਰ ਤੇ ਹੋ ਲਿਆ ਉਹਦੇ ਵਿੱਚ ਉਹੀ ਨਟ ਬੋਲਟ ਦੇ ਸਰਾਖ ਆ, ਜਿਹੜੀ ਨੰਬਰ ਪਲੇਟ ਨੇ ਜਾਲੀ ਬਣਾਈ ਆ ਉਹਦੇ ਵਿੱਚ ਕੋਈ ਹੋਲ ਨਹੀਂ। ਅੱਛਾ। ਤੇ ਉਦੋਂ ਬਾਅਦ ਗੱਡੀ ਰਿਲੀਜ਼ ਹੋਣ ਤੋਂ ਬਾਅਦ ਚ ਵੀ ਫਿਰ ਇਹਨੇ ਕਹਿਤਾ ਵੀ ਗੱਡੀ ਦਾ ਕੋਈ ਪੇਪਰ ਨਹੀਂ ਸਾਡੇ ਕੋਲ, ਗੱਡੀ ਦੀ ਚਾਬੀ ਨਹੀਂ। ਫਿਰ ਅਸੀਂ ਜਾ ਕੇ ਚਾਬੀ ਲੈ ਕੇ ਆਏ, ਇਹਨੇ ਪੇਪਰਾਂ ਤੋਂ ਮਨਾ ਕਰਤਾ, ਤਾਂ ਫਿਰ ਅਸੀਂ ਪੇਪਰ ਦੁਬਾਰਾ ਬਣਾ ਕੇ ਫਿਰ ਗੱਡੀ ਰਿਲੀਜ਼ ਕਰਾਈ, ਫਿਰ ਇਹਨੇ ਪੈਸਿਆਂ ਦੀ ਦੁਬਾਰਾ ਮੰਗ ਕੀਤੀ। ਉਦੋਂ 5,000 ਰੁਪਇਆ ਦੇ ਕੇ ਇਹਨਾਂ ਨੂੰ ਅਸੀਂ ਗੱਡੀ ਲੈ ਕੇ ਆ, ਔਰ 5,000 ਇਹਨੇ ਬੈਲੈਂਸ ਕਰ ਲਿਆ ਵੀ ਜਿੱਦਣ ਵੀ ਵਾਪਸ ਆਈ ਉਦਣ ਦੇ ਕੇ ਜਾਈ। ਅੱਛਾ। ਫਿਰ ਇਹਨੇ 23 ਅਗਸਤ ਨੂੰ ਮੈਨੂੰ ਫਿਰ ਕਾਲ ਕੀਤੀ, ਤਾਂ 5,000 ਬਦਲੇ ਮੈਨੂੰ ਇਹਨੇ ਜਿਹੜਾ ਜਲੀਲ ਕੀਤਾ, ਇਸ ਕਰਕੇ ਮੈਨੂੰ ਇਹ ਕੰਪਲੇਂਟ ਕਰਨੀ ਪਈ। ਗੱਡੀ ਛੁਡਵਾ ਲਈ ਤੁਸੀਂ? ਗੱਡੀ ਛੁਡਵਾ ਲਈ, ਗੱਡੀ ਅਸੀਂ 16 ਤਰੀਕ ਨੂੰ ਘਰੇ ਲੈ ਗਏ। ਅੱਜ ਤੁਸੀਂ ਪੈਸੇ ਦੇਣ ਆਏ ਸੀ? ਅੱਜ ਪੈਸੇ ਦੇਣ ਆਏ ਸੀਗੇ, ਅੱਜ ਕੰਪਲੇਂਟ ਕਰਕੇ ਤੇ ਇਹਨਾਂ ਨੂੰ ਅਰੈਸਟ ਕਰਵਾ ਲਿਆ। ਕਿੰਨੇ ਪੈਸੇ ਦਿੱਤੇ ਇਹਨਾਂ ਨੂੰ? ਅੱਜ 5,000 ਦਿੱਤਾ ਜੀ। ਅੱਛਾ। ਹਾਂਜੀ। ਤੇ ਟੀਮ ਤੁਹਾਡੇ ਨਾਲ ਸੀ? ਟੀਮ ਸਾਡੇ ਨਾਲ ਸੀਗੀ। ਹਾਂਜੀ। 22 ਪਲੈਨ ਇਹਨਾਂ ਨੂੰ ਫੜਿਆ। ਬਿਲਕੁਲ ਕਾਲ ਤੇ ਆਪ ਇਹਨਾਂ ਨੇ ਮੰਗ ਕੀਤੀ ਪੈਸਿਆਂ ਦੀ। ਤੇ ਬਾਕੀ ਕੱਲ ਨੂੰ ਖਬਰ ਤੁਹਾਨੂੰ ਪਤਾ ਲੱਗੇ। ਇਹ ਰੈਡੈਂਡੈਂਟ ਫੜਿਆ ਪੁਲਿਸ ਨੇ? ਹਾਂਜੀ ਬਿਲਕੁਲ। ਤੇ ਕਿਹਾ ਇਹਨਾਂ ਨੂੰ ਆਪਣੇ ਸੀਵੀ ਨਾਲ? ਇਹਨਾਂ ਦੀ ਜਿਹੜੀ ਪੈਂਟ ਦੀ ਜੇਬ ਸੀ ਉਹਨੂੰ ਵੀ ਪੁੱਛ ਕੀਤਾ, ਉਹਦੇ ਨਾਲ ਵੀ ਰੈਡ ਹੋਇਆ। ਅੱਛਾ। ਇਹ ਟੀਮ ਜਿਹੜੀ ਸੀ ਇਹ CBI ਸੀ ਜਾਂ ACB ਸੀ? ਇਹਦੇ ਬਾਰੇ ਨਹੀਂ, ਮੈਂ ਕਿਹਾ CBI ਸੀ।